ਨੇ ਡਿੱਗੇ, ਮੁੱਖ ਮੰਤਰੀ ਗਿਆ। ਆਹ ਗੱਲ ਮੇਰੇ ਕੋਲ ਲਿਖਾ ਲਓ ਤੁਸੀਂ ਅੱਜ। ਪਟਵਾਰੀ ਸਾਹਿਬ, ਮੈਂ ਕੋਈ ਐਵੇਂ, ਮੈਂ ਕੋਈ ਜੋਤਸ਼ੀ ਨੀ, ਨਾ ਮੈਂ ਜੋਤਿਸ਼ ਲਾਉਂਦਾ, ਨਾ ਜੀ ਮੈਂ ਦੇਖ ਲਓ ਮੇਰੇ ਕੋਈ, ਨਾ ਤੁਸੀਂ ਮੁੰਦਰੀ ਦੇਖੋਗੇ, ਨਾ ਕੋਈ ਮੇਰੇ ਕਾਨੀ ਪਾਈ ਦੇਖੋਗੇ। ਮੈਂ ਕਦੇ ਯਕੀਨ ਨੀ ਕਰਦਾ, ਮੈਂ ਤਾਂ ਵਾਹਿਗੁਰੂ ਦੇ ਉੱਤੇ ਵਿਸ਼ਵਾਸ ਕਰਦਾ, ਪਰਮਪਿਤਾ ਪਰਮਾਤਮਾ ਦੇ ਜੋ ਉਹਨੇ ਲਿਖਿਆ ਹੋਣਾ ਹੈ। ਪਰ ਕਿਉਂਕਿ ਰਾਜਨੀਤੀ ਚ ਰਹਿਣਾ, ਮੈਂ ਰਾਜਨੀਤਿਕ ਖੇਤਰ ਚ ਵਿਚਰਦਾ, ਇਸ ਕਰਕੇ ਇੱਕ ਗੱਲ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰ ਸਕਦਾ, ਬਾਕੀ ਤਾਂ ਸਮਾਂ ਦੱਸੂਗਾ। ਪਹਿਲੀ ਗੱਲ ਤਾਂ ਮੁੱਖ ਮੰਤਰੀ ਦਾ ਕਿਹੜੀ ਗੱਲ ਹੈ। ਅੱਜ ਮੈਂ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਉਹਨੇ ਪੁੱਛਿਆ, ਸਾਥੀਆਂ ਨੇ, ਕਹਿੰਦੇ ਜੀ ਭਗਵੰਤ ਮਾਨ ਜੀ ਮਕਾਨ ਲੈ ਰਹੇ ਹੈ, ਮਕਾਨ ਤਾਂ ਲੈ ਰਹੇ ਉਹਨੇ ਸਾਹਿਬ, ਕਿਰਾਇਆ ਕਹਿੰਦੇ ਹੈ, ਸਾਈਜ਼ ਵੀ ਪਕੜਾ ਤੀ, ਕੋਈ ਐਡਰੈਸ ਵੀ ਦੇ ਰੱਖਿਆ ਸੀਗਾ। ਪਰ ਮੇਰੀ ਇੱਕ ਗੱਲ ਲਿਖ ਲਓ ਸੁਸ਼ੀਲ ਰਿੰਕੂ ਜੀ, ਭਗਵੰਤ ਮਾਨ ਜੀ ਉਸ ਮਕਾਨ ਚ ਰਹਿਣਗੇ ਜਾਂ ਨਹੀਂ ਰਹਿਣਗੇ, ਉਸ ਗੱਲ ਦਾ ਫੈਸਲਾ ਕੱਲ ਸ਼ਾਮ ਨੂੰ ਹੋਣਾ। ਪੁੱਛੋ ਕਿਉਂ? ਉਹ ਇਸ ਕਰਕੇ ਹੋਣਾ ਵੀ ਕੱਲ ਹਾਈਕੋਰਟ ਦਿੱਲੀ ਦੇ ਅੰਦਰ ਜ਼ਮਾਨਤੀ ਜਿਹੜੀ ਸੁਣਵਾਈ ਹੋਣੀ ਹੈ ਕੇਜਰੀਵਾਲ ਸਾਹਿਬ ਦੀ। ਜੇ ਸਾਹਿਬ ਕੇਜਰੀਵਾਲ ਸਾਹਿਬ ਦੀ ਰਿਹਾਈ ਨਾ ਹੋਈ, ਉਹਨਾਂ ਨੂੰ ਹਾਈਕੋਰਟ ਨੇ ਆਰਡਰ ਦੇ ਦਿੱਤਾ ਕਿ ਤੁਸੀਂ ਧਿਆਨ ਚ ਰਹੋ, ਫਿਰ ਭਗਵੰਤ ਮਾਨ ਜੀ ਜਲੰਧਰ ਨਹੀਂ ਰਹਿੰਦੇ, ਮੁੜ ਕੇ ਚੰਡੀਗੜ੍ਹ ਜਾਣਗੇ। ਤੇ ਜੇ ਕਿਤੇ ਖੁਦਾ ਨਾ ਖਾਸਤਾ, ਕਿਉਂਕਿ ਬੜੇ ਸਕੀਮ ਦੇ ਨਾਲ ਇਹਨਾਂ ਨੇ ਚੁੱਪੇ ਜੇ, ਕਹਿੰਦੇ ਸਰਪੀ ਚਿਸਲੀ ਇੱਕ ਗੁਪਤ ਰੂਪ ਨਾਲ ਲਾ ਕੇ ਦਰਖਾਸਤ ਵਿਕੇਸ਼ਨ ਜੱਜ ਦੇ ਕੋਲੋਂ ਜਿਹੜੇ ਆਰਡਰ ਲਏ, ਮੈਨੂੰ ਲੱਗਦਾ, ਬਾਕੀ ਮੈਂ ਵਕੀਲ ਤਾਂ ਹੈ ਨਹੀਂ, ਕਾਨੂੰਨ ਆਪਣਾ ਰਸਤਾ ਇਖਤਿਆਰ ਕਰੂਗਾ, ਪਰ ਮੈਨੂੰ ਲੱਗਦਾ ਹੈ ਕਿ ਅੰਦਰ ਧਿਆਨ ਤੇ ਉਹਨਾਂ ਨੇ ਰਹਿਣੇ ਰਹਿਣੇ। ਪਰ ਜੇ ਖੁਦਾ ਨਾ ਖਾਸਤਾ ਉਹਨਾਂ ਨੂੰ ਰਿਹਾਈ ਹੋ ਗਈ, ਤਾਂ ਭਗਵੰਤ ਮਾਨ ਜੀ ਇੱਥੇ 10 ਤਰੀਕ ਤਾਈਂ ਜਾਂਦੇ ਨਹੀਂ ਕਿਤੇ, ਇੱਥੇ ਬਚਣਗੇ, ਕਿਉਂਕਿ ਉਹਨਾਂ ਦੀ ਉਹਨਾਂ ਦੀ ਕੁਰਸੀ ਜਾਊਗੀ। ਫਿਰ ਇਹਨਾਂ ਦੀ ਜਿੱਤ ਹਾਰ ਦੇ ਨਾਲ ਭਗਵੰਤ ਮਾਨ ਜੀ ਦੀ ਕੁਰਸੀ ਜੁੜੀ ਹੈ। ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਸੀ ਸਾਥੀ, ਉਹ ਵੋਟ ਕਿਉਂ ਪਾਈਏ ਸੁਸ਼ੀਲ ਰਿੰਕੂ ਜੀ ਨੂੰ? ਉਹ ਇਸ ਕਰਕੇ ਪਾਈਏ, ਜੇ ਇਸ ਨਕਾਰਾ ਸੋਰੀ ਸ਼ੀਤ ਲੰਗਰਾਲ ਜੀ, ਦੇਖੋ ਮੈਨੂੰ ਸੁਸ਼ੀਲ ਰਿੰਕੂ ਜੀ ਦੇ ਤੁਹਾਨੂੰ ਇੱਕੋ ਹੀ ਰੂਪ ਨਜ਼ਰ ਆਉਂਦੇ ਸਾਹਿਬ, ਦੋਨੋਂ ਰਾਮ ਲਕਸ਼ਮਣ ਦੀ ਜੋੜੀ ਦੀ ਤਰ੍ਹਾਂ ਤੁਰੇ ਬੰਦੇ ਹੋ ਸਾਹਿਬ ਜੀ, ਇੰਨਾ ਪਿਆਰ ਆਪੇ ਚ, ਜਿਸ ਤਰ੍ਹਾਂ ਤੁਸੀਂ ਇਲੈਕਸ਼ਨ ਲੜੇ ਆਪਣੇ ਆਪ ਚ ਦੇਖਣ ਦਾ ਇੱਕ, ਮੈਂ ਸਮਝਦਾ ਸਾਰਿਆਂ ਵਾਸਤੇ ਇੱਕ ਉਦਾਹਰਣ ਹੈ ਕਿ ਜਿਸ ਤਰ੍ਹਾਂ ਕਿੱਥੇ ਹੋ ਗਏ ਨਾ ਵੋਟਾਂ ਨੂੰ ਲੋਕਾਂ ਨੇ ਪੜਾਈਆਂ, ਬਹੁਤ ਹੀ ਮਿਹਨਤ ਕਰਕੇ ਤੁਸੀਂ ਕੀਤਾ ਹੈ। ਪਰ ਅਗਰ ਇਸ ਸਰਕਾਰ ਦੇ ਖਿਲਾਫ਼ ਫਤਵਾ ਤੁਸੀਂ ਜਾਰੀ ਕਰਨਾ ਹੈ, ਆਹ ਮੌਕਾ ਤੁਹਾਡੇ ਕੋਲ ਹੈ, ਸ਼ੀਤਲ ਅਗਰਵਾਲ ਜੀ ਨੂੰ ਇੱਥੋਂ ਜਿਤਾ ਕੇ ਭੇਜੋ। ਇਸੇ ਵਰਚੁਅਲ ਪੋਲੀਟੀਕਲ ਗਾਰੰਟੀ, ਮੈਂ ਇਸ ਪੋਜੀਸ਼ਨ ਚ ਨਹੀਂ ਵੀ ਕਿਸੇ ਦਾ ਪਾ ਕੇ ਲਿਖਾ, ਪਰ ਰਾਜਨੀਤਿਕ ਇਸ਼ਾਰੇ ਜੋ ਹੈ ਕਿ ਭਗਵੰਤ ਮਾਨ ਜੀ ਦੇ ਹੁਣ ਦਿਨ ਗਿਣੇ ਜਾ ਰਹੇ ਹੈ, ਕਿੰਨੇ ਦਿਨ ਨਿਕਲਦੇ ਹੈ। ਜੇ ਆਹ ਸੀਟ ਤੁਸੀਂ ਇਹਨਾਂ ਦੇ ਖਾਤੇ ਚ ਪਾਓਗੇ, ਭਗਵੰਤ ਮਾਨ ਜੀ ਨੂੰ ਮਕਾਨ ਤੋਂ ਪੱਕਾ ਹੀ ਲੈਣਾ ਪਊਗਾ, ਚਾਹੇ ਜਲੰਧਰ ਲੈਣ, ਚਾਹੇ ਸਤੌਰ ਜਾ ਕੇ ਲੈਣ, ਚੰਡੀਗੜ੍ਹ ਨਹੀਂ ਰਹਿ ਸਕਦੇ ਸਾਹਮਣੇ ਬਾਅਦ। ਕਿਉਂਕਿ ਦੇਖੋ ਅੱਜ ਵੀ ਸਾਰੀ ਸਰਕਾਰ ਇੱਥੇ ਆਈ ਬੈਠੀ ਹੈ, ਸਾਰੀ ਸਰਕਾਰ ਕਿਹੜਾ ਹੋਇਆ ਫਾਰਮ ਹਾਊਸ ਜਾਰੀ ਕੀਤਾ ਹੈ, ਆਮ ਆਦਮੀ ਪਾਰਟੀ ਨੇ ਆਹ ਕੰਮ ਕਰਾਂਗੇ।
ਜਿਹੜੀ ਪਾਰਟੀ ਸਰਕਾਰ ਦੇ ਅੰਦਰ ਹੋਵੇ, ਢਾਈ ਸਾਲ ਹੋਣ ਨੂੰ ਆਏ ਹੈ, ਮੈਨੀਫੈਸਟੋ ਹੁਣ ਜਾਰੀ ਕਰਨ ਸਾਹਿਬ, ਢਾਈ ਸਾਲ ਕੀਤਾ ਕੀ ਹੈ ਮਨਵਾਰ ਦੱਸਣ ਸਾਹਿਬ, ਢਾਈ ਸਾਲ ਕੀ ਕੀਤਾ ਹੈ ਉਹਦਾ ਜਵਾਬ ਦੇਣ। ਆ ਸਮਾਂ ਸੀਗਾ ਉਹਨਾਂ ਨੂੰ ਆਪਣਾ ਲੇਖਾ ਚੋਖਾ ਦੇਣ ਦਾ ਵੀ, ਅਸੀਂ ਆਹ ਢਾਈ ਸਾਲਾਂ ਦੇ ਅੰਦਰ ਆਹ ਕੰਮ ਕੀਤਾ। ਜਦੋਂ ਮੈਨੂੰ ਪਤਾ ਲੱਗਾ ਕਿ ਸ਼ੀਤਲ ਅਗਰਵਾਲ ਜੀ ਅਸਤੀਫਾ ਦੇ ਰਹੇ ਹੈ, ਸੁਸ਼ੀਲ ਰਿੰਕੂ ਜੀ ਦੇ ਸਮਰਥਨ ਦੇ ਵਿੱਚ ਆ ਕੇ ਉਹਨਾਂ ਨੇ ਦਿੱਲੀ ਜਦੋਂ ਬੀਜੇਪੀ ਮੁੜ ਕੇ ਜੁਆਇਨ ਕੀਤੀ, ਇਹ ਸਾਡਾ ਘਰ ਵਾਪਸੀ ਹੈ ਸਭ। ਲੋਕ ਇਲਜ਼ਾਮ ਲਾ ਦਿੰਦੇ ਆ ਪਾਰਟੀ ਬਦਲੀ, ਪਾਰਟੀ ਬਦਲੀ ਨਹੀਂ ਹੈ, ਸ਼ੀਤਲ ਅਗਰਵਾਲ ਜੀ ਵਾਪਸ ਘਰ ਦੇ ਵਿੱਚ ਆਏ ਹੈ। ਇਹਨਾਂ ਦਾ ਵਿਦਿਆਰਥੀ ਉਹ ਸੇਵਾ ਬਚਾਲੂ ਹੋਏ ਸਭ, ਵਿਦਿਆਰਥੀ ਸੰਘ ਦੇ ਨਾਲ ਜੁੜੇ ਸੀਗੇ। ਪੁਰਾਣਾ ਬੀਜੇਪੀ ਇਹਨਾਂ ਦੇ ਅੰਦਰ ਫਿਰ ਕਹਿ ਲੈਂਦੇ ਨੇ ਸਾਰੇ ਜਿੰਨੇ ਕੋਸ਼ਿਸ਼ ਸਾਰੇ ਕੀਤੇ ਸੀ ਲੋਕਾਂ ਦੀ ਸੇਵਾ ਚ ਜੁੜੇ ਹੈ, ਘਰ ਵਾਪਸੀ ਦਾ ਇਹਨਾਂ ਨੇ ਆਪਣਾ ਜਿਹੜਾ ਕੀਤਾ ਉਹਦੇ ਵਾਸਤੇ ਇਹਨਾਂ ਨੂੰ ਘਰ ਵਾਪਸੀ ਦਾ ਸਵਾਗਤ ਹੈ। Subscribe to One India Channel and never miss an update.